गुड आफ्टरनून बच्चे नेक्स्ट देखिए नो टाइम फॉर फियर द थर्ड पार्ट मेलकॉम कुड हियर द ग्रेलिंग साउंड ऑफ टीथ अगेंस्ट बोन मेलकॉम नु हड्डी ਦੇ ਉੱਪਰ ਦੰਦ ਮਾਰਨ ਦੀ ਆਵਾਜ਼ ਸੁਣਾਈ ਦਿੱਤੀ ਕ੍ਰੀਸਟ ਵਿਦ ਐਂਗਰ ਐਂਡ ਡਿਸਪਰਸ ਡਿਸਪੀਰੇਸ਼ਨ ਹੀ ਪਲੰਕਡ ਹਿਮਸੈਲਫ ਦਾ ਨਾਈਫ ਕਲੀਅਰ ਅਪ ਟੂ ਦਾ ਹੈਂਡਲ ਇਨ ਟੂ ਦਾ ਗ੍ਰਿਜ਼ਲੀ ਨੈਕ ਫਰ ਗੁੱਸੇ ਅਤੇ ਨਿਰਾਸ਼ਤਾ ਵਿੱਚ ਪਾਗਲ ਹੋ ਕੇ ਉਸਨੇ ਚਾਕੂ ਨੂੰ ਰੇਸ਼ਤੀ ਧੋਣ ਦੇ ਉੱਪਰ ਵਾਲੇ ਵਾਲਾਂ ਵਿੱਚ ਪੂਰਾ ਜਿੱਦਾਂ ਕੁਸਾ ਕੁਸਾ ਦਿੱਤਾ ਕੁਸੇੜ ਦਿੱਤਾ ਉਹਦੇ ਦਸਤੀ ਤੱਕ ਹੈਂਡਲ ਤੱਕ ਹੀ ਪੁਲਡ ਹਿਮਸੈਲਫ ਹਾਇਰ ਔਨ ਦਾ ਥਿੱਕ ਹੰਪ ਬੈਕ ਐਂਡ ਸਲੈਸ਼ਡ ਐਟ ਦਾ ਨੈਕ ਉਹ ਉਸਦੀ ਕੁੱਬ ਵਾਲੀ ਸਖਤ ਪਿੱਠ ਦੇ ਉੱਪਰ ਹੋਰ ਉੱਚਾ ਚੜ ਗਿਆ। ਅਤੇ ਉਸਦੀ ਧੌਣ ਉੱਤੇ ਲੰਗੀਆਂ ਡਾਕਾਂ ਕੱਟਣ ਲੱਗਾ। ਵਾਰਮ ਬਲੱਡ ਸਪਰਾਉਟਿਡ। ਜਿਹੜਾ ਗਰਮ ਲਹੂ ਹੀ ਤੇਜ਼ੀ ਨਾਲ ਵਹਿਣ ਲੱਗ ਪਿਆ। ਦਾ ਗਰੀਸਲੀ ਲੈਟ ਆਊਟ ਅ ਡਿਫੈਂਡਿੰਗ ਰੋਰ ਐਂਡ ਸਨੈਪਟ ਹਰ ਹੈਂਡ ਹੈਡ ਬੈਕ ਬੈਕਵਰਡ। ਜਿਹੜਾ ਰਿਸ਼ ਹੀ ਰਿਸ਼ਨੀ ਬੁਲਾ ਕਰ ਦੇਣ ਵਾਲੀ ਦਹਾੜ ਕੀਤੀ ਅਤੇ ਆਪਣੇ ਸਿਰ ਨੂੰ ਪਿੱਛੇ ਵੱਲ ਝਟਕਾ ਦਿੱਤਾ that quick head motion sent melcolm knife flying and broken his wrist ਜਿਹੜਾ ਨੇ ਤੀਜੀ ਤੀਜੀ ਨਾਲ ਸਿਰ ਘੁਮਾਇਆ ਉਹਨੇ ਜਿਹੜਾ ਮੈਲਕਮ ਦਾ ਚਾਕੂ ਹੀ ਉਹਨੂੰ ਬੜੀ ਦੂਰ ਸੁੱਟ ਦਿੱਤਾ ਤੇ ਉਹਦਾ ਗੁੱਟ ਤੋੜ ਦਿੱਤਾ bear hug now the snarling grizzly turned toward melcolm ਹੁਣ ਦਿਹਾੜਦੀ ਹੋਈ ਰੇਸ਼ ਮੈਲਕਮ ਵੱਲ ਹੋ ਗਈ ਸ਼ੀ ਗ੍ਰੈਬਡ ਹਿਮ ਵਿਦ ਬੋਥ ਪਾਸ ਐਂਡ ਸਕਵੀਜ਼ਡ ਹਿਮ ਅਗੇਂਸਟ ਹਰ ਚੈਸਟ ਉਸਨੇ ਉਸਨੂੰ ਦੋਹਾਂ ਪੰਜਿਆਂ ਨਾਲ ਜਕੜ ਲਿਆ ਅਤੇ ਆਪਣੀ ਛਾਤੀ ਨਾਲ ਦਬਾ ਦਿੱਤਾ ਦਾ স্মੈਲ ਆਫ ਬਲੱਡ ਐਂਡ ਬੀਅਰ ਨੌਸੀਏਟਿਡ ਹਿਮ ਲਹੂ ਅਤੇ ਰੇਸ਼ ਦੀ ਜਿਹੜੀ ਬਦਬੂ ਹੀ ਨਾਲ ਉਸਦਾ ਮਨ ਖਰਾਬ ਜਿਹਾ ਹੋਣ ਲੱਗ ਪਿਆ ਪੀ ਨੂੰ ਇਰੀਟੇਸ਼ਨ ਜੀ ਹੋਣ ਲੱਗ ਪਈ ਦਾ ਗਰੀਜ਼ਲੀ ਸਵੇਟਡ ਐਟ ਹਿਮ ਵਿਦ ਹਰ ਹਿਊਜ ਕਲਾਸ ਰਿਸ਼ ਆਪਣੀ ਪਾਰੀ ਪੰਜਿਆਂ ਨਾਲ ਉਸ ਨੂੰ ਚਪੇੜਾ ਮਾਰਨ ਲੱਗੀ ਦਾ ਫਰਸਟ ਬਲੋ ਟੁਕ ਆਫ ਹਿਸ ਹੇਅਰ ਇਨ ਵਨ ਪੀਸ ਲਾਈਕ ਅ ਵਿਗ most of his scalp going with it ਪਹਿਲੀ ਹੀ ਚਪੇੜ ਉਸਦੇ ਵਾਲਾਂ ਨੂੰ ਇੱਕ ਵਿਗ ਦੀ ਤਰ੍ਹਾਂ ਪੂਰੇ ਦਾ ਪੂਰਾ ਉਡਾ ਕੇ ਲੈ ਗਈ ਜਿਹੜੀ ਉਹਨੇ ਬਨੋਟੀ ਵਿਗ ਜਿਹੜੀ ਹੁੰਦੀ ਹੈ ਬਨੋਟੀ ਵਾਲਾਂ ਵਾਲੀ ਟੋਪੀ ਹੁੰਦੀ ਹੈ ਵੀ ਇਸ ਤਰ੍ਹਾਂ ਉਹਦੇ ਵਾਲਾਂ ਨੂੰ ਉਡਾਤਾ ਨੇ ਇੱਕ ਚਪੇੜ ਦੇ ਨਾਲ ਹੀ ਤੇ ਨਾਲ ਹੀ ਕਿਹਾ ਵਾ most of his scalp ਉਸਦੀ ਜ਼ਿਆਦਾਤਰ ਖੋਪੜੀ ਵੀ ਨਾਲ ਹੀ ਚਲੀ ਗਈ ਪੂ ਕਾਫੀ ਉੱਪਰੋਂ ਨੂੰ ਇੰਜਰਡ ਕੀਤਾ ਹੋਣਾ ਨਾ ਹੈਡ ਤੋਂ देन ਹੀ ਵਾਸ ਰੋਲਿੰਗ ਓਵਰ ਕਲਚ ਬਾਇ ਦਾ ਬੀਅਰ ਫਿਰ ਉਹ ਰੀਸ਼ ਦੇ ਪੰਜਿਆਂ ਵਿੱਚ ਫਸਿਆ ਹੋਇਆ ਗੇਂਦ ਦੀ ਤਰ੍ਹਾਂ ਰਿਡਨ ਲੱਗਾ ਦਾ ਡਿਜ਼ਿੰਗ ਮੋਸ਼ਨ ਸਟਾਪਡ ਵੈਨ ਦੇ ਰੀਚਡ ਦਾ ਗਲੀ ਬਾਟਮ ਸਿਰ ਨੂੰ ਚੱਕਰਾ ਦੇਣ ਵਾਲੀ ਇਹ ਚਾਲ ਰੁਕ ਗਈ ਜਦੋਂ ਉਹ ਪਹਾੜੀ ਨਦੀ ਦੇ ਰਸਤੇ ਦੇ ਤਲ ਹੀ ਰੀਚ ਦਾ ਗਲੀ ਬਾਟਮ ਪੀਤਲ ਤੇ ਜਾ ਕੇ ਰੁਕ ਗਿਆ ਪੀ ਰਿਡ ਦਾ ਰਿਡ ਦਾ ਆਇਆ ਪਹਾੜ ਤੋਂ ਹੇਠਾਂ ਨੂੰ ਐਸੀ ਬੈਂਟ ਟੂ ਰਿਪ ਇੰਟੂ ਹਿਸ ਨੈਕ ਐਂਡ ਸ਼ੋਲਡਰ ਵਿਦ ਹਰ ਟੀਥ ਰਿਸ਼ ਦੇ ਰਿਸ਼ ਨੇ ਬਾਰ-ਬਾਰ ਉਸਦੇ ਮੂੰਹ ਨੂੰ ਆਪਣੇ ਪੰਜਿਆਂ ਨਾਲ ਖੁਰਚਿਆ ਮੈਲਕਮ ਫ੍ਰੀਲੀ ਜੈਬਡ ਵਿਦ ਹਿਸ ਫਿਸਟ ਐਟ ਹਰ ਸੈਂਸਿਟਿਵ ਨੋਸ ਹਿਸ ਜੈਬਸ ਹੈਡ ਨੋ ਅਫੈਕਟ ਮੈਲਕਮ ਨੇ ਮੈਲਕਮ ਨੇ ਮਤਲਬ ਉਹਦੇ ਨੱਕ ਦੇ ਉੱਪਰ ਮੁੱਕੀ ਮਾਰਨੇ ਸ਼ੁਰੂ ਕਰਤੇ ਫਿਸਟ ਮੁੱਕੀਆਂ ਨੂੰ ਕਹਿੰਦੇ ਨੇ ਪਰ ਉਸਦੇ ਮੁੱਕੀਆਂ ਦਾ ਉਹਦੇ ਤੇ ਕੋਈ ਅਸਰ ਨਹੀਂ ਹੋਇਆ ਗ੍ਰਿਜ਼ਲੀ ਦੇ ਉੱਪਰ ਮੈਲਕਮ ਕਲੋਜ਼ਡ ਹਿਸ ਆਈਸ ਮੈਲਕਮ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਇਟਸ ਆਲ ਓਵਰ ਉਸਨੇ ਸੋਚਿਆ ਕਿ ਹੁਣ ਸਭ ਖਤਮ ਹੋ ਚੁੱਕਾ ਸੀ ਹੀ ਥੋਟ ਐਂਡ ਸਟਾਪਡ ਸਟਰਗਲਿੰਗ ਉਸਨੇ ਜ਼ੋਰ ਲਗਾਉਣਾ ਬੰਦ ਕਰ ਦਿੱਤਾ ਸਟ੍ਰਗਲਿੰਗ ਕਰਨੀ ਬੰਦ ਕਰ ਦਿੱਤੀ ਇਨਕ੍ਰੈਡੀਬਲੀ ਆਲਮੋਸਟ ਐਸੂਨ ਐਸ ਹੀ ਸਟਾਪਡ ਮੂਵਿੰਗ ਦਾ ਗ੍ਰਿਸਲੀ ਲੈਟ ਗੋ ਸ਼ੀ ਸਵਾਰਟਡ ਹਿਮ ਵਾਂਸ ਮੋਰ ਦੈਨ ਸਕ੍ਰੈਪਡ ਡIRT ਐਂਡ ਟਵਿਕਸ ਓਵਰ ਹਿਮ ਐਂਡ ਲੰਬਰਟ ਅਵੇ ਪਿਨੀ ਮੈਲਕਮ ਨੇ ਹਿਲਣਾ ਹੀ ਬੰਦ ਕਰ ਦਿੱਤਾ ਹੀ ਰੇਸ਼ਵੀ ਉਹਨੂੰ ਸ਼ਰਟ ਰੇਸ਼ ਨੇ ਵੀ ਉਹਨੂੰ ਸ਼ਰਟ ਦਿੱਤਾ ਉਸਨੇ ਫਿਰ ਉਸਨੂੰ ਥੱਪੜ ਲਗਾਏ ਫਿਰ ਖੁਰਚ ਕੇ ਉਸ ਉੱਤੇ ਕੁਝ ਮਿੱਟੀ ਅਤੇ ਛੋਟੀਆਂ-ਛੋਟੀਆਂ ਟਹਿਣੀਆਂ ਪਾ ਦਿੱਤੀਆਂ ਅਤੇ ਫਿਰ ਭੜੇ ਟੰਗ ਨਾਲ ਤੁਰਦੀ ਹੋਈ ਉੱਥੋਂ ਚੱਲ ਗਈ। ਪਿਰੇਸ਼ ਨੂੰ ਜਦ ਲੱਗਾ ਕਿ ਇਹ ਮੂਵਮੈਂਟ ਨਹੀਂ ਕਰਦਾ ਪਿਆ ਸ਼ਾਇਦ ਮਰ ਗਿਆ ਹੋਊਗਾ ਉਹਨੂੰ ਫਿਰ ਉਹਨੇ ਥੱਪੜ-ਥੁੱਪੜ ਮਾਰੇ ਮਿੱਟੀ ਪਾਤੀ ਕੁਝ ਪੱਤੇ ਵਗੈਰਾ ਉਹਦੇ ਉੱਪਰ ਛੋੜ ਦਿੱਤੇ ਟਹਿਣੀਆਂ ਜੀਆਂ ਤੇ ਉੱਥੋਂ ਫਿਰ ਚੱਲ ਜਾਂਦੀ ਉਹ at first at first melcolm was not sure he was even alive he was lying half in and half out of the creek pehla ta melcolm nu eh vi yakeen nahi si ki oh junda hai ya nahi oh adda jeda hi kise ਕ੍ਰੀਕ ਨਾਲੀ ਜੀ ਦੇ ਅੰਦਰ ਹੀ ਤੇ ਅੱਧਾ ਬਾਹਰ ਹੀ ਹੀ ਫੈਲਟ ਨੋ ਪੇਨ ਐਕਸੈਪਟ ਅ ਥਰੋਬਿੰਗ ਇਨ ਹਿਸ ਰਿਸਟ ਉਸਨੇ ਆਪਣੇ ਗੋਟ ਵਿੱਚ ਫੜਕਣ ਤੋਂ ਇਲਾਵਾ ਕੋਈ ਦਰਦ ਮਹਿਸੂਸ ਨਹੀਂ ਕੀਤਾ ਸਲੋਲੀ ਹੀ ਰਿਗਲਡ ਆਊਟ ਆਫ ਦਾ ਕ੍ਰੀਕ ਐਂਡ ਕਾਲਡ ਵੀਕਲੀ ਪੀ ਹੋੜੀ ਹੋੜੀ ਉਹ ਜਿਹੜੀ ਨਾਲੀ ਦੇ ਵਿੱਚ ਡਿੱਗਾ ਹੀ ਉਹਦੇ ਚੋਂ ਬਾਹਰ ਆਇਆ ਤੇ ਹੋੜੀ ਦੀ ਆਵਾਜ਼ ਵਿੱਚ ਬੋਲਿਆ ਬਾਰਬ ਆਰ ਯੂ ਓਕੇ ਪੀ ਬਾਰਬ ਤੂੰ ਠੀਕ ਹੈ ਬਾਰਬ ਅਫੀਅਰਡ ਦਾ ਗ੍ਰੀਜ਼ਲੀ ਗ੍ਰੀਜ਼ਲੀ ਵਾਸ ਸਟਿਲ ਅਰਾਊਂਡ ਡਿਡਨਟ ਅਨਸਰ ਬਾਰਬ ਨੂੰ ਡਰ ਹੀ ਪੀ ਗ੍ਰੀਜ਼ਲੀ ਹਜੇ ਵੀ ਉਹਨਾਂ ਦੇ ਨੇੜੇ ਹੀ ਬਾਰਬ ਨੇ ਜਵਾਬ ਨਹੀਂ ਦਿੱਤਾ ਸ਼ੀ ਕ੍ਰਾਲਟ ਟੂ ਦਾ ਐਜ ਆਫ ਦਾ ਗਲੀ ਐਂਡ ਸਾ ਆ ਬਲੱਡੀ ਕਲੰਪ ਆਫ ਹੇਅਰ ਔਰ ਇੱਡਦੀ ਹੋਈ ਪਾਣੀ ਦੇ ਰਸਤੇ ਦੇ ਕੰਢੇ ਤੱਕ ਆਈ ਤੇ ਲਹੂ ਨਾਲ ਭਰਿਆ ਹੋਇਆ ਵਾਲਾਂ ਦਾ ਇੱਕ ਗੁੱਛਾ ਦੇਖਿਆ ਦੈਨ ਸੀ ਸ਼ਾ ਸਾ ਮੈਲਕਮ ਹਾਫ ਬਰੀਡ ਫਿਰ ਉਸਨੇ ਮੈਲਕਮ ਨੂੰ ਅੱਧਾ ਦੱਬਿਆ ਹੋਇਆ ਦੇਖਿਆ ਹਿਸ ਫੇਸ ਹੈਡ ਬੀਨ ਸਪਲਿਟ ਵਿਦ ਅ ਵਿਕਟ ਸਲੈਸ਼ ਐਂਡ ਦਾ ਰਾਈਟ ਸਾਈਡ ਆਫ ਇਟ ਵਾਸ ਪੀਲਡ ਬੈਕ ਟੂ ਰੀਵੀਲ ਅ ਮਸਲ ਐਂਡ ਸਨੀ ਉਸ ਦਾ ਚੀਰਾ ਜਿਹੜਾ ਹੀ ਇੱਕ ਲੰਬੀ ਫਾੜੀ ਵਾਂਗ ਕਟਿਆ ਹੋਇਆ ਸੀ ਤੇ ਉਸ ਦਾ ਸੱਜਾ ਪਾਸਾ ਜੀ ਸੱਜਾ ਪਾਸਾ ਇਸ ਤਰ੍ਹਾਂ ਨਾਲ ਪਿੱਛੇ ਵੱਲ ਛਿੱਲਿਆ ਹੋ ਗਿਆ ਸੀ ਕਿ ਹੇਠਾਂ ਦੀਆਂ ਮਾਸਪੇਸ਼ੀਆਂ ਅਤੇ ਨਸਾਂ ਦਿਖ ਰਹੀਆਂ ਸਨ ਐਂਡ ਅ ਨੀਅਰਲੀ ਸੈਵਡ ਆਈ ਅੱਖ ਅੱਖ ਕੱਟ ਦੀ ਲਗਭਗ ਅਲੱਗ ਹੋ ਗਈ ਸੀ ਇੱਕ ਅੱਖ ਜਿਹੜੀ ਹੀ ਕੱਟ ਕੇ ਅਲੱਗ ਹੋ ਗਈ ਹੀ ਪੂਰੀ ਸ਼ੀਸਾ ਉਟਿਡ ਮਲਕ ਮਲਕਮ ਹੋਲਡ ਔਨ ਆਈ ਏਮ ਗੋਇੰਗ ਫਾਰ ਹੈਲਪ ਉਹਨੇ ਚੀਕਦੇ ਹੋਏ ਕਿਹਾ ਮੈਲਕਮ ਹੌਸਲਾ ਰੱਖੋ ਮੈਂ ਕੋਈ ਸਹਾਇਤਾ ਲੈਣ ਜਾ ਰਹੀ ਹਾਂ ਟੋਜ਼ਿੰਗ ਹਰ ਕੋਟ ਟੂ ਹਿਮ ਸ਼ੀ ਸਟਾਰਟਡ ਰਨਿੰਗ ਟੁਵਰਡ ਦਾ ਲੌਜ ਫਿਰ ਆਪਣਾ ਕੋਟ ਉਸ ਵੱਲ ਸੁੱਟਦੀ ਹੋਈ ਉਸਨੇ ਲੌਜ ਵੱਲ ਦੌੜਨਾ ਸ਼ੁਰੂ ਕਰ ਦਿੱਤਾ ਜਿੱਥੇ ਉਹ ਰੁਕੇ ਹੀ ਉੱਥੇ ਲੋਕ ਹੋਣਗੇ ਨਾ ਉਹਨਾਂ ਕੋਲ ਮਦਦ ਲੈਣ ਲਈ ਉਧਰ ਨੂੰ ਦੌੜੀ ਮੈਲਕਮ ਲੇ ਸਟਿਲ ਫਾਰ ਅ ਵਾਈਲ ਟ੍ਰਾਈਂਗ ਟੂ ਟੇਕ ਆਫ ਹਿਸ ਇੰਜਰੀਸ ਜਿਹੜਾ ਮੈਲਕਮ ਹੀ ਕੁਝ ਦੇਰ ਲਈ ਬਗੈਰ ਹਿੱਲੇ ਡੁੱਲੇ ਪਿਆ ਰਿਹਾ ਤੇ ਆਪਣੀ ਜ਼ਖਮਾਂ ਦਾ ਜਾਇਜ਼ਾ ਲੈਂਦਾ ਹੋਇਆ ਹਿਸ ਰਿਸਟ ਵੁਡ ਨਾਟ ਮੂਵ ਮਸਟ ਬੀ ਬ੍ਰੋਕਨ ਉਹਦੀ ਬਾਹ ਹਿਲ ਨਹੀਂ ਰਹੀ ਸੀ ਅਤੇ ਉਹਨੇ ਸੋਚਿਆ ਹੋਊਗਾ ਕਿ ਜ਼ਰੂਰ ਟੁੱਟ ਗਈ ਆ ਵਨ ਨੀ ਕੈਪ ਹੈਡ ਬੀਨ ਟੌਰਨ ਆਫ ਇੱਕ ਗੋਡੇ ਦੀ ਜਿਹੜੀ ਨੀ ਕੈਪ ਚੱਪਣੀ ਆਪਾਂ ਕਹਿ ਦਿੰਦੇ ਆ ਉਹ ਵੀ چیر ਕੇ ਅਲੱਗ ਹੋ ਗਈ ਸੀ ਐਂਡ ਹੀ could not feel any front teeth with his tongue ਤੇ ਉਹਨੂੰ ਆਪਣੀ ਜੀਭ ਨਾਲ ਅੱਗੇ ਵਾਲੇ ਦੰਦ ਮਹਿਸੂਸ ਨਹੀਂ ਹੀ ਹੋ ਰਹੇ ਹੀ ਕੁਡ ਪਾਰਸ਼ੀਅਲੀ ਸੀ ਆਊਟ ਆਫ ਵਨ ਆਈ ਤੋਂ ਇੱਕ ਅੱਖ ਨਾਲ ਥੋੜਾ ਬਹੁਤ ਦੇਖ ਸਕਦਾ ਸੀ ਬਟ ਬਟ ਵਾਸ ਅਫਰੀ ਟੂ ਟਰਨ ਹਿਸ ਹੈਡ ਬਿਕੋਜ਼ ਹੀ ਸਾ ਲੂਜ਼ ਫੇਸ਼ੀਅਲ ਸਕਿਨ ਹੈਂਗਿੰਗ ਡਾਊਨ ਤੇ ਉਹ ਆਪਣਾ ਸਿਰ ਜਿਹੜਾ ਮੋੜਨ ਵਿੱਚ ਡਰ ਮਹਿਸੂਸ ਹੋ ਰਿਹਾ ਹੀ ਉਹਨੂੰ ਕਿਉਂਕਿ ਉਸ ਨੂੰ ਚਿਹਰੇ ਦੀ ਉੱਪਰ ਉੱਪਰ ਦੀ ਖੋਪੜੀ ਜਿਹੜੀ ਚਿਹਰੇ ਤੋਂ ਉੱਪਰ ਚਮੜੀ ਆ ਉਹੇ ਥਾਂ ਲਟਕਦੀ ਹੋਈ ਵਿਖਾਈ ਦਿੱਤੀ ਹੀ ਫੈਲਟ ਨੋ ਰਿਵਲ ਰਿਵਲਸਨ ਉਸਨੇ ਕੋਈ ਕਿਰਣਾ ਜੀ ਮਹਿਸੂਸ ਨਹੀਂ ਕੀਤੀ ਜਸਟਨ ਈਕਿੰਗ ਹੋਪ that it had had not happened that it was all a nightmare nightmare sapne nu kende ne keval ik dardapuri aas mehsoos kiti pi koi kiran mehsoos nahi kiti ik dardapuri aas mehsoos kiti pi pi ajeh asal vich hoya hi nahi si ate sirf ik darauna sapna hi si pi idda sochan de payo sporting his have a sack up toward the trail he determined to reach it and use it as a bandage uppar pag dandi val pay apni chode nu veke usne nishchay kita ki is tak pahunchya jave te isnu ek patti de roop vich vartya jave bandage de roop vich tediously he dragged himself up backward badi mushkil nal ਉਹ ਪਿੱਛੇ ਵੱਲ ਜਿੱਦਾਂ ਕਿਸ ਕਿਸਕ ਦਾ ਹੋਇਆ ਉੱਪਰ ਵੱਲ ਗਿਆ ਹਿਸ ਵਨ ਗੁੱਡ ਆਈ ਕੈਪਟ ਸਟਿਚਿੰਗ ਸ਼ਰਟ ਐਂਡ ਪ੍ਰਾਇਓਰਟੀਕਲੀ ਹੀ ਹੈਡ ਹੈਵ ਟੂ ਸਟਾਪ ਹੀ ਊਡ ਹੈਵ ਟੂ ਸਟਾਪ ਐਂਡ ਓਪਨ ਇਟ ਵਿਦ ਹਿਸ ਗੁੱਡ ਹੈਂਡ ਉਸ ਦੀ ਜਿਹੜੀ ਬਚੀ ਹੋਈ ਆ ਕਿ ਬਾਰ ਬਾਰ ਚਿਪਕ ਕੇ ਬੰਦ ਹੋ ਜਾਂਦੀ ਸੀ ਤੇ ਥੋੜੀ ਥੋੜੀ ਦੇਰ ਬਾਅਦ ਰੁਕ ਕੇ ਇਸ ਨੂੰ ਆਪਣੇ ਠੀਕ ਹੱਥ ਨਾਲ ਖੋਲਣਾ ਪੈਂਦਾ ਸੀ ਫਾਈਨਲੀ ਹੀ ਰੀਸਟਡ ਹਿਸ ਹੈਵਸੈਕ ਐਂਡ ਲੇ ਬੈਕ ਫਿਜ਼ੀਕਲੀ ਡレインਡ ਫਰੋਮ ਦਾ ਐਕਸਕ੍ਰੀਸ਼ਨ ਤੇ ਅੰਤ ਵਿੱਚ ਉਹ ਝੋੜੇ ਤੱਕ ਪਹੁੰਚ ਗਿਆ ਤੇ ਪਿੱਠ ਦੇ ਪਰ ਲੇਟ ਗਿਆ ਥਕਾਵਟ ਦੇ ਕਾਰਨ ਉਸ ਦਾ ਸਰੀਰ ਬਿਲਕੁਲ ਜਵਾਬ ਦੇ ਚੁੱਕਾ ਸੀ ਹੀ ਪ੍ਰੇਡ ਐਂਡ ਵੰਡਰਡ ਵੈਦਰ ਹੀ ਊਡ ਅਲਾਈਵ ਉਹ ਪਰਮਾਤਮਾ ਕੋਲ ਪ੍ਰਾਰਥਨਾ ਕਰਨ ਲੱਗਾ ਤੇ ਹਰਾਨ ਹੋ ਰਿਹਾ ਸੀ ਕਿ ਉਹ ਜੂਂਦਾ ਬਚੀਗਾ ਜਾਂ ਨਹੀਂ ਐਂਡ ਵਟ ਹੀ ਹੈਡ ਲੁੱਕ ਲਾਈਕ ਇਫ ਹੀ ਡਿਡ ਤੇ ਜੇ ਜੂੰਦਾ ਬਚ ਗਿਆ ਤੇ ਉਸਦੀ ਸ਼ਕਲ ਕਿ ਹੋ ਜਈ ਹੋਵੇਗੀ ਠੀਕ ਹੈ ਇੱਥੋਂ ਤੱਕ ਦੇਖਿਓ ਚਲਿਓ